ਹਾਂਜੀ ਟੈਂਕਸੀ ਨਾਲ ਕੋਲ। ਅੱਛਾ ਮੇਰੇ ਖਿਆਲ ਛੇ ਦੇ ਖਰਚਾ ਤੁਸੀਂ ਲਾਹੌਰ ਪਹੁੰਚੇ ਕੋਈ ਨਹੀਂ ਉਹ ਭੇਜ ਦਿੰਦੇ ਨਾ ਉਹਨਾਂ ਸੈਂਡ ਕਰ ਲੈਣੀ ਫਿਰ ਦੁਬਾਰਾ ਤੁਸੀਂ ਭੇਜ ਦਿਓ। ਅੱਛਾ ਅੰਬਾਲੇ ਤੋਂ ਲਾਹੌਰ ਤਕਰੀਬਨ ਅਸੀਂ 7 ਦਿਨ 'ਚ ਪਹੁੰਚੇ। ਸਹੀ ਅਤੇ ਸਾਨੂੰ ਰੈਸਟ ਦਵਾਈ ਨਹੀਂ ਗੌਰਮੈਂਟ ਨੇ ਘੰਟਾ ਦੋ ਘੰਟੇ ਕਦੇ ਤੋਲਣਾ। ਹਾਂਜੀ ਦਿਨ ਰਾਤ ਸਫ਼ਰ ਕਰਕੇ ਅਸੀਂ ਕਿੰਨੀਆਂ ਰਾਤਾਂ ਰਾਹ 'ਚ ਪੈ ਗਈਆਂ ਜੀ? ਤਕਰੀਬਨ ਕੋਈ ਹੁਣ ਯਾਦ ਨਹੀਂ ਅੰਦਾਜ਼ਾ 5-6 ਰਾਤਾਂ ਰਾਹ 'ਚ ਲੱਗੀਆਂ ਹੋਣੀਆਂ। ਆਹਿਸਤਾ ਆਹਿਸਤਾ ਤੁਰਦੇ ਪੈਦਲੇ ਆਏ, ਪੈਦਲੇ ਤੁਰਦੇ ਆਏ। ਹਾਂਜੀ ਕੀ ਹਾਲ ਚਾਲ ਆ ਜੀ? ਖੈਰੀਅਤ ਆ। ਅੱਛਾ ਇਹ ਬਾਬੇ ਯੂਸਫ ਦੀ ਤੁਹਾਨੂੰ ਵੀਡੀਓ ਕੱਲ੍ਹ ਦਿਖਾਈ ਸੀ, ਵੀਡੀਓ ਸੱਦੋ ਮਾਜਰੀ ਦੇ ਉੱਧਰ ਦਿਖਾਈ ਸੀਗੀ, ਅਤੇ ਉਹ ਤੁਸੀਂ ਦੱਸ ਰਹੇ ਸੀਗੇ ਤੁਹਾਡੇ ਕੋਈ ਦੋਸਤ ਆ ਉੱਧਰ, ਅਤੇ ਤੁਹਾਡੀ ਉਮਰ ਨਾਲੇ ਦੱਸੋ ਕਿੰਨੀ ਸੀ, ਤੁਹਾਡਾ ਨਾਮ ਪਹਿਲਾਂ ਆਪਣਾ ਦੱਸੋ, ਨਾਮ ਤੁਹਾਡਾ ਕੀ ਆ? ਤੁਹਾਡੇ ਅੱਬੂ ਦਾ ਨਾਮ ਕੀ ਸੀ? ਅਤੇ ਤੁਸੀਂ ਤੁਹਾਡੀ ਉਮਰ ਕਿੰਨੀ ਸੀ? 9-10 ਸਾਲ ਸੀ। ਠੀਕ ਠੀਕ। ਤੁਹਾਡੇ ਅੱਬੂ ਕੀ ਕੰਮ ਕਰਦੇ ਸੀਗੇ ਜੀ? ਜ਼ਿਮੀਦਾਰਾ ਕਰਦੇ ਸੀ। ਠੀਕ। ਇਹ ਜਿਹੜੇ ਬਾਬਾ ਯੂਸਫ ਇਹ ਤੁਹਾਡੇ ਕੀ ਲੱਗਦੇ ਆ ਜੀ? ਮੇਰਾ ਚਾਚੇ ਦਾ ਪੁੱਤ ਜੀ। ਅੱਛਾ ਅੱਛਾ, ਤੁਸੀਂ ਯਾਨੀ ਇੱਕੋ ਹੀ ਪਿੰਡ ਦੇ ਆ ਦੋਨੋਂ? ਤਾਂ ਚਾਚਿਆਂ ਦੇ ਹੀ ਆ। ਠੀਕ ਠੀਕ। ਅਤੇ ਪਿੰਡ ਜਿਹੜਾ ਤੁਹਾਨੂੰ ਦਿਖਾਇਆ ਪਿੰਡ ਫਿਰ ਇਸੇ ਤਰੀਕੇ ਸੀ, ਇਹੀ ਸ਼ੇਪ ਦੇ ਸੀਗੀ? ਹਾਂਜੀ। ਕੁਛ ਪਹਿਚਾਣਿਆ ਤੁਸੀਂ? ਹਾਂਜੀ ਪਛਾਣਿਆ। ਤੁਸੀਂ ਸਕੂਲ ਵੀ ਜਾਂਦੇ ਸੀ? ਕੋਈ ਨਹੀਂ, ਅੱਛਾ ਸੈਦਪੁਰੇ, ਸੈਦਪੁਰੇ ਸਕੂਲ ਵਿੱਚ। ਠੀਕ ਠੀਕ। ਅਤੇ ਉੱਥੇ ਆਬਾਦੀ ਕਿਹੜੇ ਕਿਹੜੇ ਬੰਦਿਆਂ ਦੀ ਸੀਗੀ, ਕੌਣ ਕੌਣ? ਸੈਦਪੁਰਾ ਸਾਰਾ ਜਿਹੜਾ ਅੱਛਾ ਅੱਛਾ ਪੱਕਾ ਪਿੰਡ ਸੀ, ਪੱਕਾ ਸੀਗਾ। ਸਹੀ ਸਹੀ। ਅਤੇ ਤੁਹਾਡੇ ਪਿੰਡ ਦੀ ਕਿੱਦਾਂ ਕੀ ਕਿਸ ਹਿਸਾਬ ਦਾ ਸੀ ਤੁਹਾਡਾ ਪਿੰਡ? ਘਰ ਵੀ ਕੱਚੇ ਸੀਗੇ? ਇੱਕ ਦੋ ਘਰ ਪੱਕੇ ਸੀ ਚੰਦ ਬੰਦਿਆਂ ਦੇ। ਠੀਕ ਠੀਕ। ਕੋਲ ਰੇਲਵੇ ਲੈ ਲੰਘਦੇ ਸੀ। ਅੱਛਾ, ਕੋਲੋਂ ਰੇਲਵੇ ਲੈ ਆਉਣਾ ਸ਼ਿਪ ਦੇ ਪਾਸਿਓਂ। ਠੀਕ ਠੀਕ। ਦੋ ਕਿੱਲੇ ਦਾ ਫਰਕ, ਯਾਨੀ ਕਿ ਤੁਸੀਂ ਦੱਸੋ ਕਿ ਵੀ ਲਹਿੰਦੀ ਸਾਈਡ ਹੈ, ਲਹਿੰਦੀ ਸਾਈਡ ਤੋਂ ਰੇਲਵੇ ਲੈਨ ਲੰਘਦੀ ਸੀ? ਹਾਂ ਲਹਿੰਦੀ ਸਾਈਡ। ਠੀਕ ਠੀਕ। ਤੇ ਹੋਰ ਕੋਈ ਬੰਦਿਆਂ ਦੇ ਤੁਸੀਂ ਯਾਨੀ ਕਿ ਤੁਹਾਡੇ ਕੋਈ ਰਿਸ਼ਤੇਦਾਰ ਹੋਰ ਜਿਹੜੇ ਜਿਹੜੇ ਤੁਹਾਡੇ ਨਾਲ ਆਏ ਆ? ਸਾਰੇ ਸੀ, ਚਾਚਾ ਚੇਤਾ, ਸੈਨੂ, ਸਫੀ, ਸੈਨੂ ਜਿਹੜੇ ਸ਼ੇਰੂ, ਬਾਕੀ ਜਿਹੜੇ ਗੁਲਾਮ ਨਬੀ। ਹਾਂਜੀ ਹਾਂਜੀ। ਤੁਸੀਂ ਫਿਰ ਕਿੱਦਾਂ ਕਿੱਦਾਂ ਆਏ ਜੀ ਉੱਧਰੋਂ, ਯਾਨੀ ਕਿ ਜਿਸ ਵਾਲੇ ਕੈਂਪ 'ਚ ਅਸੀਂ 22 ਰੋਡ ਆਏ ਲਾਹੌਰ ਤੱਕ। ਠੀਕ ਠੀਕ। ਲਾਹੌਰ ਸਾਨੂੰ ਰੱਖਿਆ ਗੌਰਮੈਂਟ 7 ਦਿਨ, ਸਾਡੀ ਇੱਥੇ ਇਲਾਜ ਮੁਆਵਜ਼ਾ ਕੀਤਾ। ਹਾਂਜੀ। ਫਿਰ ਸਾਨੂੰ ਭੇਜੀ ਸੀ ਛੁੱਟੀ, ਫ੍ਰੀ ਬੱਸਾਂ ਚੱਲ ਰਹੀ ਸੀ, ਫ੍ਰੀ ਰੇਲਵੇ ਚੱਲ ਰਹੀ ਸੀ। ਠੀਕ ਠੀਕ। ਫਿਰ ਅਸੀਂ ਸਮੁੰਦਰੀ ਆ ਗਏ। ਠੀਕ। ਸਮੁੰਦਰੀ ਫਿਰ ਸਾਨੂੰ 720 ਜ਼ਮੀਨ ਪੈ ਗਈ। ਠੀਕ ਠੀਕ।
अच्छा जिस टाइम तुसी उत्थों पिंड दे विचों निकले हैं जी यानी कि तुहानूं कि पता लग गया कि भी हुण यानी कि सानूं जाना पैना सा पार्टीशन हो जाना यानी अद्धा पंजाब उधर अद्धा उधर गड्डी जांदी सी नार विच कतल कर करके लोग सिख छड़दे सी सही हमले करदे सी जावें पैना फिर जी पिंड च उठ के असीं नज़दीक पिंड सी अच्छा मारे उन्होंने काफी नुकसान किया सिखा का फिर असि चले गए घेल सरदारा जी अच्छा उड़े फिर मिलिट्री ने हमला करता उड़ा काफी नुकसान हो काफी तो ज्यादा नुकसान हुआ साढ़े कोई चांद गिणवे बंदे रह गए फिर दूसरे तरह के नाल दूए पिंड वाले फिर बाहर कैंप च पहुंच गए ठीक ठीक हमारे कैंप भी पहुंच गए फिर कोई समान लियाए सी तुसी बाबा हमीद उधरों कोई नहीं गड्डा पर रह गए सब जा गोली ते गड्डे पर जुड़े जा छड़े अच्छा गड्डा तुसी छड़े आए थे छड़े अपनी जान ही बसी लेके आए ठीक ठीक बच्चे भी मामा ने सुट दिते अच्छा हाँ बच्चे भी जो गोली चलती थी कि नहीं अपनी अपनी जान बचाने वास्ते बच्चे भी मामा ने कोई दस्तर छुट गए सही सही कोई दरिया पार किया तुसी कोई नहर आई राह विचों या वैसे बाई दरिया जरूर कोई नहीं सी बस सीधे सीधे बाबा वड्डा दरिया काफी बड़ी दरिया सी ठीक ठीक फिर सारे को डांग छोटा रैफल दूसरी मिलिट्री ने लै ली हिंदुस्तान मिलिट्री ने ठीक ठीक खाली हाथ हो गए थे अंबाले कैंप च पहुंच गए रात विच यानी कि जिस टाइम तुसी उत्थों आया तुसी किदां दे यानी कि लोग कोई देखे जख्मी देखे मरे हुए के साथ जख्मी देखे मरे दे ऊपर लंघ गया अजी मरे दे ऊपर लंघ गया ओए होए होए अच्छा सही सही ਅਤੇ ਕੋਈ ਬੰਦਾ ਕੋਈ ਜ਼ਖਮੀ ਤੁਹਾਡੇ ਜਿਹੜਾ ਤੁਹਾਨੂੰ ਹਾਲੇ ਤੱਕ ਯਾਦ ਹੋਵੇ ਕੋਈ ਰਾਹ ਦੇ ਵਿੱਚ ਜ਼ਖਮੀ ਬੰਦਾ ਦੇਖਿਆ ਹੋਵੇ ਜਾਂ ਕੋਈ ਬੱਚਾ ਦੇਖਿਆ ਹੋਵੇ ਜਿਹੜਾ ਯਾਨੀ ਕਿ ਬੰਦੇ ਦੀ ਯਾਦਾਸ਼ਤ ਵਿੱਚ ਹਾਲੇ ਵੀ ਕੋਈ ਇਸ ਤਰੀਕੇ ਦਾ ਮੈਂ ਜ਼ਖਮੀ ਮੇਰੇ ਸੀਨੇ ਵਿੱਚ ਉਹਦੀ ਗੋਲੀ ਲੱਗੀ ਸੀ ਹਾਂਜੀ ਤੁਹਾਡਾ ਜ਼ਖਮੀ ਹੋ ਕੇ ਗਿਰ ਗਿਆ ਸੀ ਬਦਲੇ ਮਾਂ ਪਿਓ ਮਤਲਬ ਮਰੇ ਹੋਏ ਨੂੰ ਪਾ ਕੇ ਆ ਗਏ ਸੀ ਸਹੀ ਸਹੀ ਅਤੇ ਮੈਂ ਫਿਰ ਬਾਅਦ ਵਿੱਚ ਜਿਹੜਾ ਅਗਲੇ ਉੱਥੋਂ ਪਿੱਛੇ ਵਾਪਸ ਮੁੜ ਗਿਆ ਸਰਹੱਦ ਸ਼ਰੀਫ 'ਤੇ ਲੱਗੇ ਸੀ ਠੀਕ ਠੀਕ ਅਤੇ ਇਹ ਜਿਹੜਾ ਬਕਾਇਆ ਸੀ ਸਾਡਾ ਜਿਹੜਾ ਖਾਨਦਾਨ ਉਹ ਜਿਹੜਾ ਜਿਹੜੇ ਬੱਚੇ ਉਹ ਮਤਲਬ ਚਲੇ ਗਏ ਸੀ ਅੰਬਾਲਾ ਕੰਮ ਚਲੇ ਗਏ ਸੀ ਅੰਬਾਲਾ ਕੰਮ ਠੀਕ ਠੀਕ ਅਤੇ ਤੁਸੀਂ ਤੁਰ ਕੇ ਬਾਬਾ ਹਮੀਦ ਫਿਰ ਸਾਰੇ ਰਾਸਤੇ ਪੈਦਲ ਹੈ ਹਾਂ ਜੀ ਪੈਦਲ ਰਾਸਤੇ ਸਾਡੇ ਨਾਲ ਮਿਲਟਰੀ ਸੀ ਸਾਰੀ ਪਾਸ ਪਾਸੇ ਮਿਲਟਰੀ ਟੈਂਕਾਂ ਨਾਲ ਅੱਛਾ ਸਾਡੇ ਨਾਲ ਟੈਂਕ ਆਏ ਸੀ ਮਿਲਟਰੀ ਨਾਲ ਨਾਲ ਆਈ ਹੈ ਹਾਂ ਮਿਲਟਰੀ ਸਾਡੇ ਨਾਲ ਖੱਬੇ ਪਾਸੇ ਖੱਬੇ ਪਾਸੇ ਸਾਡੇ ਨਾਲ ਮਿਲਟਰੀ ਆਈ ਹਾਂ ਜੀ ਟੈਂਕ ਸੀ ਉਹਨਾਂ ਕੋਲ ਕਿੰਨੀਆਂ ਰਾਤਾਂ ਰਾਜ ਪੈ ਗਈਆਂ ਜੀ ਤਕਰੀਬਨ ਕੋਈ ਹੁਣ ਯਾਦ 'ਚ ਨਹੀਂ ਅੰਦਾਜ਼ਾ 5-6 ਰਾਤਾਂ ਰਾਜ ਲੱਗੀਆਂ ਹੋਣੀਆਂ ਆਹਿਸਤਾ ਆਹਿਸਤਾ ਤੁਰਦੇ ਪੈਦਲੇ ਆਏ ਪੈਦਲੇ ਤੁਰਦੇ ਆਏ ਇਹ ਅੱਛਾ ਉੱਥੇ ਤੁਸੀਂ ਕੋਈ ਜਾਣਦੇ ਜੁਣਦੇ ਵੀ ਸੀਗੇ ਨਾਂ ਨੂੰ ਦੱਸਦੇ ਸੀਗੇ ਹਾਂ ਜਾਣਦਾ ਸੀ ਬਾਬਾ ਯੂਸਫ ਵੀ ਦੱਸਦੇ ਆ ਕਹਿੰਦੇ ਵੀ ਸਾਡੇ ਸਾਰੇ ਉਹ ਜਾਣ ਨਾਂ ਮੈਨੂੰ ਉਹ ਨਾਂ ਦੱਸੋ ਜੀ ਫਿਰ ਜਿਹੜੇ ਤੁਹਾਡੇ ਹਮ ਉਮਰ ਸੀਗੇ ਉੱਧਰ ਸ਼ਾਇਦ ਵੀਰੇ ਦੱਸੋ ਜੀ ਫੂਲ ਫੂਲ ਤਾਰਾ ਫੂਲ ਰਾਮ ਅਤੇ ਤਾਰਾ ਰਾਮ ਇਹ ਕਿੱਥੇ ਦੇ ਸੀਗੇ ਅੱਛਾ ਸੈਦਪੁਰੇ ਦੇ ਸੀਗੇ ਕਲਾਸ ਫੈਲੋ ਸੀ ਅੱਛਾ ਤੁਹਾਡੇ ਨਾਲ ਪੜ੍ਹਦੇ ਸੀ ਹੈ ਹਾਂ ਜੀ ਠੀਕ ਠੀਕ ਧੀਰ ਪੜ੍ਹਦੇ ਅੱਛਾ ਉਹ ਲੋਕ ਤੁਹਾਡੇ ਨਾਲ ਜਿਹੜੇ ਸੀਗੇ ਉਹ ਮੁੰਡੇ ਪੜ੍ਹਦੇ ਸੀ ਉਹਨਾਂ ਦਾ ਖਾਨਦਾਨ ਉਹ ਕਿੱਦਾਂ ਸੀ ਉਹਨਾਂ ਦਾ ਤੁਹਾਡੇ ਨਾਲ ਮੇਲ ਜੋਲ ਅੱਛਾ ਮਿਲਾਪ ਸੀ ਜੀ ਅੱਛਾ ਸ਼ਾਦੀਆਂ ਵਿਆਹਾਂ ਤੇ ਆਉਂਦੇ ਜਾਂਦੇ ਨਹੀਂ ਨਹੀਂ ਸ਼ਾਦੀਆਂ ਵਿਆਹਾਂ ਤੇ ਕੋਈ ਨਹੀਂ ਜੀ
ਅਸੀਂ ਮਤਲਬ ਵੈਸੇ ਵੀ ਇੱਕ ਦੂਸਰੇ ਆਉਣ ਜਾਣ ਥਾ। ਠੀਕ 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 ਜਿਹਦੇ ਕੋਲ ਲੰਘਣਾ ਕਹਿੰਦਾ ਵੀ ਚਲੋ ਜਾ ਜਾ ਕੇ ਸਲਾਮ ਦਾ ਕਰ ਲਈਏ। ਅੱਛਾ ਹੋਰ ਕੋਈ ਨਾਂ ਦੱਸੋ ਜੀ, ਹੋਰ ਕੋਈ ਇਹਨਾਂ ਦੇ ਵਿੱਚੋਂ ਦੱਸੋ ਕੋਈ ਨਾਂ ਹੋਰ ਕੋਈ ਯਾਦ ਹੋਣ ਤੁਹਾਨੂੰ ਉਹਨਾਂ ਦੇ ਵਿੱਚ ਕੋਈ ਨਾ ਕੋਈ ਜੇ। ਅੱਛਾ ਇਹ ਸੈਦਪੁਰੇ ਦੇ ਤੁਸੀਂ ਨਾਂ ਦੱਸ ਦਿੱਤੇ ਅਤੇ ਦੂਸਰੇ ਕਿੱਥੇ ਦੇ ਸੀਗੇ ਜੀ? ਹੋਰ ਜਿਹੜਾ ਨਾਮ ਸੈਦਪੁਰਾ। ਅੱਛਾ ਜੀ, ਬਾਕੀ ਸੱਦੋ ਮਾਜਰੇ ਦਾ ਸੀ ਮਾਘੀ ਚਮਾਰ। ਮਾਘੀ ਚਮਾਰ, ਅੱਛਾ ਅੱਛਾ ਜੀ। ਮੋਲੂ ਚੂੜਾ, ਮੋਲੂ ਚੂੜਾ ਜੀ, ਮੋਲੂ ਚੂੜਾ, ਅੱਛਾ ਉਹਦਾ ਬੇਟਾ ਸੀ ਸਰਵਣ ਸਰਵਣ ਜੀ। ਅੱਛਾ ਉਹਦਾ ਬੇਟਾ ਸੀ ਸਰਵਣ ਸਰਵਣ, ਸਹੀ ਸਹੀ। ਅੱਛਾ ਤੇ ਬੁੱਚੜਿਆਂ ਦਾ ਸੀ ਬਰਿਆਮ ਸੋਢੀ। ਅੱਛਾ ਬੁੱਚੜਿਆਂ ਦਾ ਬੁੱਚੜੇ ਸੀ, ਬੁੱਚੜੇ ਸੀ ਇੱਕ। ਅੱਛਾ ਅੱਛਾ ਸੈਦਪੁਰੇ ਦੇ ਪਰਾਂ ਕਰਕੇ ਬੁੱਚੜੇ ਉੱਥੇ ਕਸਾਈਆਂ ਕਸੂਈਆਂ ਦਾ ਨਹੀਂ ਕਹਿੰਦੇ ਬੁੱਚੜੇ ਜਿਸਾ ਕਿ ਉਹ ਸਿੱਖ ਸੀ। ਅੱਛਾ ਉਹ ਮਸ਼ਹੂਰ ਸਿੱਖ ਸੀ ਉਹ, ਸਹੀ ਸਹੀ। ਉਹ ਮਸ਼ਹੂਰ ਸਿੱਖਾਂ ਦੀ ਔਲਾਦ ਸੀ, ਸਹੀ ਸਹੀ। ਹੋਰ ਬਸ ਜੀ, ਉਹ ਇੱਕ ਦੱਸ ਸੀ ਤੁਸੀਂ ਦਾਈ ਬਹੁਤ ਮਸ਼ਹੂਰ ਸੀ ਜਿਹੜੀ ਪਰਮੇਸ਼ਰੀ ਪਰਮੇਸ਼ਰੀ ਦਾ ਹਾਂ ਪਰਮੇਸ਼ਰੀ ਦਾਈ ਸੀ ਜੀ। ਅੱਛਾ ਅੱਛਾ ਚੂੜੀ ਸੀ, ਠੀਕ ਠੀਕ, ਸਹੀ ਸਹੀ। ਉਹਦੀ ਵੀ ਸ਼ਾਇਦ ਆਲ ਔਲਾਦ ਹੋ ਗਏ ਨਾਲ ਮੁਰਗਾ ਹੈ ਉਹਨੇ ਜੀ ਔਲਾਦ ਆਲ ਔਲਾ ਨਹੀਂ ਆਲ ਔਲਾਦ ਵੀ ਨਹੀਂ ਹੋਣੀ ਉਹਨਾਂ ਦਾ ਔਲਾਦ ਦਾ ਇੱਕ ਬੱਚਾ ਥਾ ਜੀ ਉਹਨਾਂ ਦਾ। ਅੱਛਾ ਅੱਛਾ ਥਾ ਜੀ ਇਹਦਾ ਨਾਮ ਮੇਰਾ ਥਾ ਆ ਹੁਣੇ ਨਾਮ ਮੇਰੇ ਦੇਹਨ ਸਾਦਾ ਨੂੰ ਭੁੱਲ ਗਿਆ ਯਾਰ ਮੇਰੇ ਇੱਥੋਂ ਅੱਗੇ ਨਹੀਂ ਨਿਕਲਦਾ ਨਾ ਚਲੋ ਜੀ ਨਾ ਯਾਦ ਆਉਂਦਾ ਸਹੀ ਸਹੀ। ਅਤੇ ਹੋਰ ਕੋਈ ਉੱਥੇ ਦੀਆਂ ਯਾਦਾਂ ਭਾਜੀ? ਯਾਦਾਂ ਤਾਂ ਬਹੁਤ ਆ, ਹੁਣ ਯਾਦ ਨਹੀਂ ਕਰ ਕੋਈ ਨਾ। ਬਹੁਤ ਨਾ ਚਾਹੁੰਦਾ ਮਾਂ ਮਾਤਾ ਮੱਖੀ ਸੀ ਪਿਛਲੇ ਕੋਈ ਰਿਸੀਵ ਕੀਤੀ ਨਾ। ਅੱਛਾ ਅੱਛਾ ਤੁਸੀਂ ਉਹਦੇ ਨੱਕ ਦੇ ਦੰਦੀ ਵੱਢ ਦਿੱਤੀ ਮੱਖੀ ਵੜ ਕੇ ਹੈ, ਸਹੀ ਸਹੀ। ਉਦੋਂ ਕੋਈ ਨੀ ਪਤਾ ਸੀ। ਹਾਂਜੀ ਹਾਂਜੀ ਹਾਂਜੀ, ਇਹਨਾਂ ਨੇ ਸਭ ਕੁਛ ਇੱਕੋ ਹੀ ਸੀ ਜੀ ਉਦੋਂ, ਸਭ ਕੁਛ ਇੱਕੋ ਹੀ ਕੁਛ ਸੀ। ਪਤਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਕੀ ਨਾਂ ਸੀ ਉਹਦੇ ਵਾਲਦ ਦਾ ਜੀ? ਮੋਲੂ, ਮੋਲੂ। ਅੱਛਾ ਅੱਛਾ, ਫਿਰ ਉਹਨੇ ਅਲਾਂਬਾ ਨੀ ਦਿੱਤਾ ਤੁਹਾਨੂੰ? ਤੁਸੀਂ ਦੱਸਿਆ ਨੀ ਉਹਨੇ ਮਖਿਆਲ ਨੂੰ ਛੇੜਿਆ, ਮਖਿਆਲ ਨੇ ਤਾਂ ਪੈਣਾ ਪੈਣਾ ਸੀ। ਕਹਿੰਦਾ ਅੱਗੇ ਮਤਲਬ ਮਾਖੀ ਕਹਿੰਦੇ ਠੀਕ ਹੈ ਠੀਕ ਹੈ ਜੀ।